ਬਟਾਲਾ ਦੇ ਗ੍ਰੇਟਰ ਕੈਲਾਸ਼ ਕਲੋਨੀ ਦੇ ਵਿੱਚ ਚੋਰੀ ਹੋਈ। ਮਿਲੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਰੱਖੜੀ ਦੇ ਤਿਉਹਾਰ ਕਰਕੇ ਪਿਛਲੇ ਕੁਝ ਦਿਨਾਂ ਤੋਂ ਘਰ ਤੋਂ ਬਾਹਰ ਸਨ। ਜਦੋਂ ਉਹ ਘਰ ਵਾਪਸ ਪਰਤੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਚੋਰੀ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅੰਦਾਜ਼ਾ ਨਹੀਂ ਲੱਗ ਸਕਿਆ ਕਿ ਕਿੰਨੀ ਚੋਰੀ ਹੋਈ, ਪਰ ਪੁਲਿਸ ਦੇ ਬਿਆਨ ਲੈਣ ਮਗਰੋਂ ਪਤਾ ਲੱਗ ਪਾਏਗਾ ਕਿੰਨੀ ਚੋਰੀ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰੀ ਕਰੋੜਾਂ ਦੀ ਹੋ ਸਕਦੀ ਹੈ। ਘਰ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਗਸਤ ਨੂੰ ਉਹ ਆਪਣੇ ਰਿਸ਼ਤੇਦਾਰਾਂ ਕੋਲ ਦਿੱਲੀ ਗਏ ਹੋਏ ਸਨ ਤੇ ਬੀਤੇ ਦਿਨ ਉਹਨਾਂ ਦੀ ਫੈਕਟਰੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਘਰ ਚੋਰੀ ਹੋ ਗਈ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਫੋਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ ਤੇ ਜਾਂਚ ਕਰ ਰਹੇ। ਪਰਿਵਾਰ ਨੇ ਹਲੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਕਿ ਕਿੰਨੇ ਕੀ ਦੀ ਚੋਰੀ ਹੋਈ। ਜਿੱਦਾਂ ਹੀ ਕੋਈ ਜਾਣ ਅਭਿਮਨਿਊ ਦਾ ਕੀ ਹੋਇਆ ਸਰ, ਇੱਥੇ ਚੋਰੀ ਹੋਈ ਹੈ ਸਾਡੇ। ਕਿੱਥੇ ਗਏ ਸੀ? ਅਸੀਂ ਦਿੱਲੀ ਗਏ ਸੀ। ਅੱਛਾ, ਹਾਂਜੀ। ਕਿੰਨੇ ਦਿਨ ਹੋ ਗਏ ਕਿ ਆਪ ਕੀ ਆ ਡਿਟੇਲ ਦੀ ਕੰਦਰ ਮੋਬਾਈਲ? ਕਿੰਨਾ ਵਾ? 15 ਦਿਨ ਹੋ ਗਏ ਸੀ ਮਦਨ ਹੋ ਗਏ। 15 ਦਿਨ ਹੋ ਗਏ ਸੀ। 15 ਨੂੰ ਗਏ ਸੀਗੇ ਤੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ। ਅੱਛਾ, ਕਿੱਦਾਂ ਪਤਾ ਲੱਗਾ? ਇੱਥੇ ਅਸੀਂ ਆਪਣੇ ਇੱਕ ਜਿਹੜਾ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਏਦਾਂ ਲੋਕ ਟੁੱਟ ਗਏ ਨੇ, ਸਾਰੇ ਲੋਕ ਟੁੱਟ ਗਏ ਨੇ ਤੇ ਚੋਰੀ ਹੋਈ ਗਈ ਹੈ। ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ। ਕਿੰਨਾ ਵੱਡੀ ਫੈਕਟਰੀ ਹੈ ਜੀ? ਮੇਰੇ ਮਦਰ ਨੇ, ਵਾਈਫ, ਬੱਚੇ, ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਣ ਦਾ। ਕੋਈ ਹਲੇ ਕੈਸ਼ ਤੇ ਗੋਲਡ ਦਾ ਹੀ ਹੈ ਬਸ। ਇਹ ਨੀ ਸਮਝ ਆ ਰਿਹਾ ਸਾਨੂੰ, ਆਪ ਨੀ ਸਮਝ ਆ ਰਹੀ ਕੀ ਹੋਇਆ ਸਾਡੇ। ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਆ। ਉਹ ਕਿਤੇ ਬਾਹਰ ਰੱਖੜੀ ਦੇ ਕਰਕੇ ਹਫ਼ਤਾ ਕੁ ਬਾਹਰ ਗਏ ਸੀ ਆਊਟ ਆਫ ਸਟੇਸ਼ਨ। ਉਹਨਾਂ ਨੂੰ ਕੱਲ੍ਹ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਅਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ। ਅਜੇ ਸਮਾਨ ਦਾ ਅਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ, ਉਹਨਾਂ ਨੂੰ ਹਿਸਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ। ਅਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ। ਪੈਸੇ ਵੀ ਕੁਛ ਕਹਿ ਰਹੇ ਪਰ ਉਹ ਪੂਰਾ ਐਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਏ ਆ। ਅਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਹਾਂ। ਇਹਨਾਂ ਦੀ ਫੈਕਟਰੀ ਹੈ ਜੀ, ਫੈਕਟਰੀ ਹੈ। ਇਹਨਾਂ ਨੇ ਜਦੋਂ ਕੱਲ੍ਹ ਤਾਲੇ ਵੇਖੇ, ਇਹਨਾਂ ਦੇ ਨੌਕਰ ਆਇਆ ਸੀ ਕਿਤੇ ਅਤੇ ਉਹਨਾਂ ਨੇ ਤਾਲੇ ਵੇਖੇ ਅਤੇ ਇਹਨਾਂ ਨੂੰ ਇਨਫੋਰਮ ਕੀਤਾ। ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਅੱਜ, ਅਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦ ਕੀਤੀ ਜਾਏਗੀ। ਅੰਦਾਜ਼ਨ ਜੀ ਇਹਨਾਂ ਨੂੰ ਨਹੀਂ ਪਤਾ, ਇਹ ਆਪਣੇ ਪੁੱਛ ਰਹੇ ਆ, ਆਪਣੇ ਬੱਚਿਆਂ ਨੂੰ ਪੁੱਛ ਰਹੇ, ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ, ਆਪਣੇ ਜਿਹਨਾਂ ਕੋਲ ਕਿੰਨਾ ਕੀ ਕੋਈ ਉਹ ਜਲਦੀ ਵੀ ਜਦੋਂ ਦੱਸਦੇ ਨੇ ਆਪਣੀ ਸਟੇਟਮੈਂਟ ਲਿਖਾਉਣਗੇ ਜੋ ਵੀ ਉਹਦੀ ਬੰਦੀ ਤਰਾਮਾਤਰ। ਨਹੀਂ ਹਜੇ ਕੋਈ ਨਹੀਂ, ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ, ਫੋਰੈਂਸਿਕ ਟੀਮ ਸਾਡੀ ਆ ਰਹੀ ਹੈ, ਫਿੰਗਰਪ੍ਰਿੰਟ ਲੈ ਰਹੇ ਹਾਂ, ਜੋ ਵੀ ਇਹ ਲਿਖਾਉਣਗੇ ਉਹ ਹਾਲਾਤ ਉਹ ਧਾਰਾ ਦੇ ਸਾਹਮਣੇ ਕਰ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।